ਕਿਸਾਨੀ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੀ ਹੈ, ਉਤੋਂ ਜਦੋਂ ਕਿਸਾਨ ਨਾਲ ਕਿਸੇ ਤਰ੍ਹਾਂ ਦੀ ਠੱਗੀ ਕੀਤੀ ਜਾਂਦੀ ਹੈ ਤਾਂ ਕਿਸਾਨ ਦਾ ਦਿਲ ਪੁੱਛਿਆ ਹੀ ਲੋੜੀਦਾ। ਅਜਿਹਾ ਇੱਕ ਮਾਮਲਾ ਤਲਵੰਡੀ ਸਾਬੋ ਦੇ ਪਿੰਡ ਮਿਰਜੈਣਾ ਵਿੱਚ ਸਾਹਮਣੇ ਆਇਆ, ਜਿੱਥੇ ਕਿ ਇੱਕ ਕਿਸਾਨ ਸੰਦੀਪ ਸਿੰਘ ਨੂੰ ਤਲਵੰਡੀ ਸਾਬੋ ਦੇ ਗ੍ਰੀਨ ਫਾਰਮ ਸਰਵਿਸ ਟਰੈਕਟਰ ਏਜੰਸੀ ਨੇ ਨੁਕਸਦਾਰ ਸਵਰਾਜ ਟਰੈਕਟਰ ਦੇ ਕੇ ਕਿਸਾਨ ਨਾਲ ਠੱਗੀ ਮਾਰਨ ਦੀ ਕਥਿਤ ਕੋਸ਼ਿਸ਼ ਕੀਤੀ ਹੈ। ਇਸ ਸੰਬੰਧੀ ਕਿਸਾਨ ਨੇ ਦੱਸਿਆ ਕਿ ਮੈਂ ਲੋਨ ਚੁੱਕ ਕੇ ਟਰੈਕਟਰ ਖਰੀਦਿਆ ਸੀ, ਕੁਝ ਸਮੇਂ ਬਾਅਦ ਹੀ ਟਰੈਕਟਰ ਮੁਗਲੈਲ ਚੱਕਣ ਲੱਗ ਗਿਆ। ਕੰਪਨੀ ਵਾਲਿਆਂ ਦੇ ਇੰਜੀਨੀਅਰਾਂ ਨੇ ਉਸ ਦੀ ਥੋੜ੍ਹੀ ਮੁਰੰਮਤ ਕਰ ਦਿੱਤੀ। ਉਹਨਾਂ ਆਪਣੇ ਪੈਸੇ ਵਾਪਸ ਦੇਣ ਦੀ ਮੰਗ ਕੀਤੀ ਅਤੇ ਧਰਨਾ ਲਗਾ ਕੇ ਕੰਪਨੀ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਅਗਰ ਟਰੈਕਟਰ ਨਾ ਬਦਲਿਆ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਕੀ ਮਾਮਲਾ ਹੈ ਜੀ? ਇਹ ਜੀ ਟਰੈਕਟਰ ਲੈਤਾ ਜੀ, ਅਸੀਂ ਲੋਨ ਚੱਕ ਕੇ ਲੈਤਾ ਇਹ ਰਾਮਪੁਰੇ ਤੋਂ ਜੀ, ਅਤੇ ਇਹ ਮਗਲੈ ਚੱਕਣ ਲੱਗ ਗਿਆ ਜੀ। ਇਹਨਾਂ ਨੂੰ ਫੋਨ ਕਰਤਾ ਵੀ ਬੱਤੀ ਆਉਣ ਲੱਗ ਗਈ, ਇਹ ਕਹਿੰਦੇ ਚਲਾਈ ਚੱਲੋ, ਅਸੀਂ ਆਖਿਆ ਜੇ ਫੁੱਟ ਗਿਆ ਕਹਿੰਦੇ ਸਾਡਾ। ਉਦੋਂ ਬਾਅਦ ਇਹਨਾਂ ਨੇ ਇੱਥੇ ਸੱਦ ਲਿਆ ਟਰੈਕਟਰ ਜੀ, ਕਹਿੰਦੇ ਜੀ ਮੋਹਾਲੀ ਤੋਂ ਇੰਜੀਨੀਅਰ ਆਉਂਦੇ ਨੇ। ਜਦੋਂ ਉਹ ਆ ਕੇ ਉਹਨਾਂ ਨੇ ਇੱਥੇ ਜੀ ਸਲੈਂਸਰ ਖੋਲ ਲਿਆ, ਉਹ ਕਹਿੰਦੇ ਵੀ ਰਬੜ ਰਿੰਗ ਪੈਣ ਵਾਲੇ ਨੇ। ਅਸੀਂ ਆਖਿਆ ਵੀ ਇਹ ਤਾਂ ਚੱਲ ਪਵਾ ਦਿਓ ਕਿਰਾਂ, ਜੇ ਉਦੋਂ ਬਾਅਦ ਦਿੱਕਤ ਆਉਂਦੀ ਹੈ ਤਾਂ ਅਸੀਂ ਪੀਸ ਨਵਾਂ ਲਵਾਂਗੇ। ਉੱਥੇ ਸਾਨੂੰ ਕਹਿੰਦੇ ਵੀ ਤੁਹਾਨੂੰ ਪੀਸ ਬਦਲ ਕੇ ਦੇਵਾਂਗੇ। ਉਦੋਂ ਬਾਅਦ ਜੀ ਅਸੀਂ ਲੈ ਗਏ ਜਾ ਕੇ ਟਰੈਕਟਰ ਜੋੜਿਆ, ਉਹਦੇ ਇਹਨਾਂ ਨੂੰ ਕਿਹਾ ਨਾਲ ਵੀ ਸਾਡੇ ਨਾਲ ਵਗ ਚੱਲੋ, ਵੀ ਤੁਸੀਂ ਪਹਿਲਾਂ ਸਾਨੂੰ ਕਹਿੰਦੇ ਇਹ ਵੀ ਤੁਸੀਂ ਤੇਲ ਕੱਢ ਲਿਆ ਇਹਦਾ ਟਰੈਕਟਰ ਦਾ ਤੇਲ, ਕਹਿੰਦੇ ਕੱਢ ਲਿਆ ਮਗਲੈ ਵਾਲਾ। ਅਸੀਂ ਆਖਿਆ ਵੀ ਉਦੋਂ ਬਾਅਦ ਜਦੋਂ ਇਹਨੇ ਬਦਲਤਾ ਤੇਲ ਪਾਤਾ ਪੂਰਾ ਕਰ ਦਿੰਦੇ ਦੋ ਟੱਕਾਂ ਦੀ, ਉਦੋਂ ਬਾਅਦ ਇਹ ਕਹਿੰਦੇ ਅਸੀਂ ਆਖਿਆ ਵੀ ਸਾਡੇ ਨਾਲ ਚੱਲੋ ਤੁਸੀਂ ਵੀ ਵਾਹ ਕੇ ਵੇਖ ਲਓ, ਵੀ ਜੇ ਘੱਟਦਾ ਹੋਇਆ ਤਾਂ ਤੁਹਾਨੂੰ ਪਤਾ ਲੱਗ ਜੂਗਾ। ਇਹ ਕਹਿੰਦੇ ਸਾਨੂੰ ਤੁਹਾਡੇ 'ਤੇ ਵਿਸ਼ਵਾਸ ਹੈ। ਜਦੋਂ ਅਸੀਂ ਜਾ ਕੇ ਟਰੈਕਟਰ ਵਾਹਿਆ 20 ਘੰਟੇ ਵਾਹਿਆ, ਉਦੋਂ ਬਾਅਦ ਸਰਵਿਸ ਕਰੀ ਤੋਂ ਫੁੱਲ, ਉਦੋਂ ਬਾਅਦ ਇਹ ਦੋ ਉਂਗਲਾਂ ਤੇਲ ਘੱਟ ਗਿਆ ਜੀ। ਇਹਨੂੰ ਪਰਸੋਂ ਦੇ ਫੋਨ ਕਰੀ ਜਾਂਦੇ ਹਾਂ ਵੀ ਆ ਜਾਓ ਵੀ ਵੇਖ ਲਓ ਆ ਕੇ, ਇਹਨਾਂ ਦਾ ਕੋਈ ਬੰਦਾ ਨਹੀਂ ਗਿਆ ਉੱਥੇ, ਕੱਲ੍ਹ ਨਹੀਂ ਗਿਆ ਜੀ। ਅਸੀਂ ਅੱਜ ਇਹਨਾਂ ਨੂੰ ਫੋਨ ਕੀਤਾ, ਅੱਜ ਕਹਿੰਦੇ ਫੋੜ ਦਓ ਸਾਡਾ ਟਰੈਕਟਰ ਹੈ, ਅਸੀਂ ਇੱਥੇ ਲਿਆਏ ਜੀ। ਇੱਥੇ ਲਿਆ ਕੇ ਇਹਨਾਂ ਨੂੰ ਆਖਿਆ, ਇਹ ਕਹਿੰਦੇ ਅਸੀਂ ਹੁਣ ਦੁਬਾਰੇ ਚੈੱਕ ਕਰਾਂਗੇ, ਪ੍ਰੈਕਟੀਕਲ ਕਰਾਂਗੇ ਅਸੀਂ ਆਪ, ਵੀ ਉਦੇ ਸਾਨੂੰ ਕਹਿੰਦੇ ਵੀ ਤੁਹਾਡੇ 'ਤੇ ਵਿਸ਼ਵਾਸ ਹੈ, ਅਤੇ ਹੁਣ ਕਹਿੰਦੇ ਵੀ ਅਸੀਂ ਆਪ ਚੈੱਕ ਕਰਾਂਗੇ। ਹੁਣ ਕੋਈ ਉਹਦੇ ਸਾਨੂੰ ਉਹਨਾਂ ਨੇ ਵੀਡੀਓ ਬਣਾਈ ਸੀ ਅਸੀਂ, ਵੀ ਅਸੀਂ ਆਖਿਆ ਵੀ ਚਾਬੀ ਫੇਰ ਲਾਉਣ ਦੇਵਾਂਗੇ ਵੀ ਜੇ ਤੁਹਾਨੂੰ ਟਰੈਕਟਰ ਬਦਲ ਕੇ ਦੇਵੋਂਗੇ। ਸਾਡੀ ਵੀਡੀਓ ਸਾਡੇ ਕੋਲ ਆ, ਜਗਤਾਰ ਸਿੰਘ ਨੇ ਕਿਹਾ ਵੀ ਅਸੀਂ ਪੀਸ ਬਦਲਾਂਗੇ, ਇਸ ਤੋਂ ਬਾਅਦ 8 ਮਹੀਨਾ ਆਉਂਦੀ ਚਾਬੀ ਮਹੀਨਾ ਆਉਂਦੀ ਇਹਨੂੰ। ਹੁਣ ਤੁਹਾਡੀ ਮੰਗ ਕੀ ਹੈ? ਸਾਡੀ ਮੰਗ ਇਹ ਹੈ ਸਾਨੂੰ ਟਰੈਕਟਰ ਬਦਲ ਕੇ ਦੇਣ ਜੀ ਨਵਾਂ, ਜਾਂ ਸਾਡੇ ਪੈਸੇ ਵਾਪਸ ਦੇਣ ਜੀ। ਅੱਛਾ, ਅਤੇ ਜੇ ਨਹੀਂ ਰਹੇ ਕਰਦੇ ਫਿਰ ਤੁਹਾਡੀ ਅਗਲਾ ਸੰਘਰਸ਼ ਕੀ ਹੋਊਗਾ? ਅਸੀਂ ਧਰਨਾ ਲਾਵਾਂਗੇ ਜੀ। ਅੱਜ ਵੀ ਤੁਸੀਂ ਲਾ ਰਹੇ ਹੋ? ਅੱਜ ਵੀ ਲਾ ਰਹੇ ਹਾਂ ਜੀ, ਕੱਲ ਨੂੰ ਜੂਨੀਅਰ ਲਾ ਲੈ ਕੇ ਨਾਲ ਲਾਵਾਂਗੇ ਜੀ। ਇੱਕ ਕਿਸਾਨ ਨੇ 7 ਲੱਖ ਰੁਪਇਆ, ਕੀ ਮਾਮਲਾ ਇਹੀ ਹੈ ਜੀ? ਦੇਖੋ ਇੱਕ ਕਿਸਾਨ ਟਰੈਕਟਰ ਲੈਂਦਾ ਗਾ, ਕੋਲੇ ਕਿਹਦੇ ਪਿਆ ਕਰਜ਼ਾ ਚੱਕ ਕੇ ਲੈਂਦਾ, ਡੇਢ ਡੇਢ ਰੁਪਇਆ ਆੜ੍ਹਤੀਆਂ ਦਾ ਵਿਆਜ ਪਈ ਜਾਂਦਾ ਗਾ, ਠੀਕ ਆ, ਅਤੇ ਕੰਪਨੀ ਪੂਰੀ ਵਾਅਦਿਆਂ 'ਤੇ ਨਿਭ ਨਹੀਂ ਰਹੀ, ਨਵੇਂ ਟਰੈਕਟਰ 'ਚ ਨੁਕਸ ਆ ਗਿਆ, ਇਦੂ ਪੁਰਾਣੀ ਵਾਹ ਲੈਂਦੇ, ਜੇ ਆਪਾਂ ਰਿਪੇਅਰ ਹੀ ਕਰਾਉਣਾ ਹੁੰਦਾ ਤਾਂ ਸਾਡੇ ਕੋਲ ਪੁਰਾਣੀ ਸੀ, ਅਸੀਂ ਪੁਰਾਣੀ ਦੀ ਰਿਪੇਅਰ ਕਰਵਾ ਲੈਂਦੇ, ਨਵੇਂ 'ਤੇ 7 ਲੱਖ ਰੁਪਇਆ ਲਾਉਣ ਦੀ ਕੀ ਲੋੜ ਸੀਗੀ? ਕਿਹੜੀ ਏਜੰਸੀ ਨਾਲ? ਸਵਰਾਜ ਏਜੰਸੀ ਰਾਮਪੁਰੇ ਤੋਂ ਲਿਆ, ਇਹਨਾਂ ਤਲਵੰਡੀ ਬ੍ਰਾਂਚ ਹੈ ਇਹਨਾਂ ਦੀ। ਅੱਛਾ, ਹਾਂਜੀ। ਹੁਣ ਮੰਗ ਕੀ ਹੈ, ਤੁਸੀਂ ਕੀ ਕਹਿਣਾ? ਮੰਗ ਸਾਡੇ ਪੈਸੇ ਵਾਪਸ ਦੇਣ, ਜੇ ਅਸੀਂ ਨਵੇਂ ਦੀ ਮੰਗ ਰੱਖਦੇ, ਨਵੇਂ ਤਾਂ ਇਹ ਮਾੜਾ ਮੋਟਾ ਕੋਈ ਸਟਿੱਕਰਾਂ ਦਾ ਬਹਾਨਾ ਲਾ ਕੇ ਸਾਤੋਂ ਪੈਸੇ ਨਾਲ ਹੋਰ ਭਾਲ ਲੈਣਗੇ ਨਵੇਂ ਦੇ, ਵੀ ਆਹ ਮਾਡਲ ਚੇਂਜ ਹੋ ਗਿਆ ਜੀ, 2 ਮਹੀਨਾ 'ਚ ਐਂ ਹੋ ਗਿਆ, 165-170 ਘੰਟੇ ਟਰੈਡ ਚੱਲਿਆ, ਕੀ ਹੋ ਗਿਆ ਇਹਨੂੰ? 7.5 ਡੇਲੀ ਦਾ ਵਿਆਜ ਪੈਂਦਾ ਗਾ, ਕਾਹਦੇ ਵਾਸਤੇ ਫਿਰ ਅਸੀਂ ਰਿਪੇਅਰ ਨਾ ਕਰਾਉਣ ਨੂੰ ਤਾਂ ਨਹੀਂ ਵਿਆਜ ਮਿਲਾਇਆ, ਸਾਡੇ ਕੋਲ ਪੁਰਾਣੀ ਸੀਗਾ, ਸਾਨੂੰ ਕੀ ਲੋੜ ਪੈਂਦੀ ਸੀਗੀ? ਮੰਗ ਇਹਨਾਂ ਨੇ ਵਾਅਦਾ ਕਰਿਆ ਗਾ, ਜਿੱਥੇ ਇਹਨਾਂ ਨੇ ਰਾਊਂਡ ਰਿੰਗ ਪਾਏ ਹੈਡ ਦੇ ਵਿੱਚੋਂ, ਵੀ ਹੈਡ 'ਚੋਂ ਤੇ ਡਿੱਗਦਾ ਗਾ ਟੈਬਟਾਂ ਤੋਂ, ਵੀ ਜੇ ਇਹ ਪ੍ਰੋਬਲਮ ਨਹੀਂ ਜਾਂਦੀ ਤਾਂ ਤੁਹਾਨੂੰ ਟਰੈਕਟਰ ਅਸੀਂ ਬਦਲ ਕੇ ਦੇਵਾਂਗੇ। ਅਸੀਂ ਆਪਣੇ ਮੋਬਾਈਲ 'ਤੇ ਵੀਡੀਓ ਬਣਾਈ ਹੈ ਇਹਨਾਂ ਦੀ,
ਜਗਤਾਰ ਸਿੰਘ ਨੇ ਵਾਅਦਾ ਕਰਿਆ ਗਾ ਜਦੋਂ ਸੌਦੇ ਮਿਲਦਾ ਮੁੱਕੀ ਮਾਰਦਾ ਜਗਤਾਰ ਸਿੰਘ, ਮੈਂ ਬੈਠਾ ਅੱਜ ਜਗਤਾਰ ਸਿੰਘ ਕਿੱਥੇ ਗਿਆ ਗਾ? ਅਸੀਂ ਪਰੇਸ਼ਾਨ ਹੋ ਰਹੇ ਹਾਂ ਅਸੀਂ ਕਿ ਹਫ਼ਤਾ ਬੰਦੇ ਇਕੱਠੇ ਕਰੀ ਚੱਲਾਂਗੇ, ਸਾਨੂੰ 20 ਦਿਨ ਹੋ ਗਏ ਇੱਥੇ, ਇਦੂ ਬਾਅਦ ਧਰਨਾ ਅਸੀਂ ਚੱਕਦੇ ਨੀ, ਉਨਾ ਟਾਈਮ ਇੱਥੇ ਹੀ ਰਹਾਂਗੇ ਜਿੰਨਾ ਟਾਈਮ ਕੋਈ ਨਹੀਂ ਸੁਣਵਾਈ ਹੁੰਦੀ। ਇਸ ਸੰਬੰਧੀ ਜਦੋਂ ਏਜੰਸੀ ਦੇ ਇੰਚਾਰਜ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਮੰਨਿਆ ਕਿ ਟਰੈਕਟਰ ਵਿੱਚ ਨੁਕਸ ਹੈ, ਜਿਸ ਦੀ ਕੰਪਨੀ ਦੇ ਇੰਜੀਨੀਅਰ ਨੇ ਮੁਰੰਮਤ ਵੀ ਕੀਤੀ ਸੀ, ਪਰ ਇਹਨਾਂ ਦੇ ਦੱਸਣ ਮੁਤਾਬਕ ਅਜੇ ਵੀ ਨੁਕਸ ਹੈ ਅਤੇ ਇਸ ਬਾਰੇ ਕੰਪਨੀ ਨੂੰ ਜਾਣੂ ਕਰਵਾ ਦਿੱਤਾ ਗਿਆ ਅਤੇ ਉਹ 30 ਮਈ ਨੂੰ 11 ਵਜੇ ਟਰੈਕਟਰ ਦੇਖਣ ਆਉਣਗੇ, ਜਿਸ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ। ਕੀ ਨਾਂ ਹੈ ਤੁਹਾਡਾ ਜੀ? ਮੇਰਾ ਨਾਂ ਜਗਤਾਰ ਸਿੰਘ। ਸਰ ਕਿਹੜੀ ਕੰਪਨੀ ਹੈ ਇੱਥੇ? ਇਹ ਗ੍ਰੀਨ ਪਾਵਰ ਸਰਵਿਸਿੰਗ ਕੰਪਨੀ ਸਰ। ਇਹਨਾਂ ਟਰੈਕਟਰ ਜੇ ਮਿਰਜੇ ਕੌਰ ਮਿਰਜਿਆਂ ਨੇ ਟਰੈਕਟਰ ਲੈ ਚ ਕੀ ਮਾਮਲਾ ਸੀਗਾ? ਇਹਦਾ ਇਹ ਪ੍ਰੋਬਲਮ ਸੀ ਥੋੜ੍ਹਾ ਜਿਹਾ, ਤੇਲ ਘਟਾਉਂਦਾ ਸੀ ਜੀ। ਅੱਛਾ ਜੀ। ਅਤੇ ਉਹ ਘਰੇ ਰਿਪੇਅਰ ਵੀ ਕਰਿਆ ਸੀ ਕੰਪਨੀ ਨੇ। ਅੱਛਾ ਜੀ। ਹੁਣ ਇਹ ਮੇਰੇ ਕੋਲ ਆਏ ਸੀ, ਮੈਂ ਇਹਨਾਂ ਨੂੰ ਸਵੇਰ ਦਾ 11 ਵਜੇ ਦਾ ਟਾਈਮ ਦਿੱਤਾ ਸੀ, ਕੰਪਨੀ ਨੂੰ ਮੇਲ ਪਾਤੀ ਸੀ। ਅੱਛਾ। ਉਹ ਸਵੇਰੇ 11 ਵਜੇ ਆ ਕੇ ਆਪ ਚੈੱਕ ਕਰਨ। ਇਹ ਧਰਨਾ ਪ੍ਰਦਰਸ਼ਨ ਕਰਨਗੇ ਜੇ ਨਾਮ ਬੋਲਿਆ ਇਹਨਾਂ ਦਾ? ਦੇਖੋ ਜੀ, ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ, ਸ਼ਾਂਤਮਈ ਕੁਛ ਵੀ ਕਰ ਸਕਦੇ, ਸਾਨੂੰ ਕੋਈ ਦਿੱਕਤ। ਇਹਨਾਂ ਦਾ ਮਾਮਲੇ ਦਾ ਹੱਲ? ਇਹਨਾਂ ਨੇ ਆਪਦੇ ਤੌਰ 'ਤੇ ਡਿਸੀਜਨ ਲਿੱਤਾ ਗਾ, ਇਹਨਾਂ ਨੂੰ ਅਸੀਂ ਕੋਈ ਨਹੀਂ ਇਹ ਮਤਲਬ ਰਾਜਨੀਤਿਕ ਧਾਰਨਾ ਲਾਓ ਉਹ ਕਰੋ। ਹੁਣ ਜਾਣੀ ਕੰਪਨੀ ਚੇਂਜ ਕਰ ਰਹੀ ਹੈ? ਨਹੀਂ, ਕੰਪਨੀ ਜੇ ਚੇਂਜ ਵੀ ਕਰਦੀ ਹੈ, ਕਿਹਾ ਉਹ ਆ ਕੇ ਦੇਖੂ ਅਸੀਂ ਵੀ ਨੁਕਸ ਕੀ ਹੈ। ਚਲੋ ਇਹਨਾਂ ਨੇ ਕਹਿ ਤਾਂ, ਅਸੀਂ ਵੀ ਮੰਨ ਲਿਆ, ਸਾਨੂੰ ਤਾਂ ਕੰਪਨੀ ਦਿਖਾਉਣੀ ਪੂਰਾ। ਨਹੀਂ, ਇਹ ਪਹਿਲਾਂ ਕਹਿੰਦੇ ਤੁਸੀਂ ਵੀ ਅਸੀਂ ਮਤਲਬ ਜਦੋਂ ਪਹਿਲਾਂ ਵੀ ਨਾ ਆਏ ਸੀ ਤੁਹਾਡੀ ਵੀਡੀਓ ਇਹ ਦੱਸਦੇ ਆ। ਇਹਨਾਂ ਦੇ ਕਿਹੜੇ 10 ਦਿਨ ਹੀ ਹੋਏ ਆ? ਤੇਈ ਨੂੰ ਆਇਆ, ਪਹਿਲਾਂ ਤੇਈ ਤੋਂ ਪਹਿਲਾਂ ਹੀ ਮੁੜ ਕੇ ਬੁਕਾ ਕਰਾ ਕੇ ਜੀ। 5-5-10 ਦਿਨਾਂ ਦੀ ਗੱਲ ਹੈ ਜੀ। ਤੇਈ ਤੋਂ ਪਹਿਲਾਂ ਕਰੇ ਕਰਕੇ ਆਈ ਜੀ? ਕਿਉਂਕਿ ਜੇ ਅਸੀਂ ਕੋਈ ਚੀਜ਼ ਵੀ ਕਰਨੀ ਆ, ਤੇਈ ਨੂੰ ਇਹਨਾਂ ਦੇ ਇੰਜੀਨੀਅਰ ਆਏ ਜੀ, ਆਪਣੀ ਸੈਟਿੰਗ ਹੁੰਦੀ ਹੈ। ਮੇਰੀ ਗੱਲ ਸੁਣੀ, ਜਦੋਂ ਕੰਪਨੀ ਦਾ ਵਿਸ਼ਵਾਸ ਪ੍ਰੈਕਟੀਕਲ ਤੇ ਕਰਨਾ ਨਾ ਵੀ ਘਟਾਉਂਦੀ ਆ, ਜੇ ਘਟਾਉਂਦਾ ਹੋਇਆ ਇਹਨਾਂ ਨੂੰ ਕੋਈ ਇਤਰਾਜ਼, ਮੈਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਸੀ, ਜੇ ਉਹ ਚੀਜ਼ ਕੋਈ ਚੀਜ਼ ਬਿਮਾਰ ਆ ਉਹ ਤਾਂ ਸ਼ੋਅ, ਜਿਹੜੇ ਮਰਜ਼ੀ ਡਾਕਟਰ ਤੋਂ ਟੈਸਟ ਕਰਾਉਣਾ ਉਹ ਤਾਂ ਸ਼ੋਅ ਹੋਊਗੀ ਬਲੱਡ। ਨਹੀਂ, ਹੁਣ ਤੁਸੀਂ ਮਤਲਬ ਤੁਹਾਡੇ, ਤੁਸੀਂ ਦੇਖਿਆ ਵੀ ਘਟਾਉਂਦਾ ਮਗਲਾ ਆਪ? ਨਹੀਂ, ਅਸੀਂ ਇਹਨਾਂ ਦੇ ਕਹਿਣ ਮੁਤਾਬਕ ਇਹ ਕਹਿੰਦੇ ਘਟਾਇਆ ਗਿਆ, ਅਸੀਂ ਮਿਲਿਆ ਬਸ। ਐਵੇਂ ਮੈਂ ਕਹਿੰਦਾ ਵੀ ਮੈਂ ਪਿੰਡ ਜਾ ਕੇ ਦੇਖਿਆ, ਉਹ ਦੇਖਿਆ, ਕੁਛ ਨਹੀਂ ਦੇਖਿਆ। ਉਹ ਇਹਨਾਂ ਨੂੰ ਸਵੇਰੇ ਟਰਾਇਲ ਲੱਗ ਜੂ, 11 ਵਜੇ ਅਸੀਂ ਆ ਜਾਵਾਂਗੇ ਤੁਹਾਡੇ ਪਿੰਡ। ਕੋਈ ਜਗ੍ਹਾ ਵਿਹਲੀ ਪਈ ਆ ਆਪਦਾ, ਚਾਹੇ ਤੁਹਾਡਾ ਵਾਹਣ ਜਾਂ ਕਿਸੇ ਦਾ ਵਾਹਣ ਪਿਆ, ਅਤੇ ਅਸੀਂ ਉਹ 'ਚ ਚਲਾ ਕੇ ਦੇਖ ਲਾਂਗੇ, ਜੇ ਘਟਾਊਗਾ ਉਹ ਤਾਂ ਤੁਰਤ ਵੀ ਘਟਾਊ। ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨ ਨਾਲ ਵੱਜੀ ਠੱਗੀ ਦਾ ਕੀ ਹੋਵੇਗਾ, ਟਰੈਕਟਰ ਵਾਪਸ ਦਿੰਦੇ ਹਨ ਜਾਂ ਕਿਸਾਨ ਨੂੰ ਇਨਸਾਫ ਲੈਣ ਲਈ ਕਿੰਨਾ ਖੱਜਲ ਖੁਆਰ ਹੋਣਾ ਪਵੇਗਾ। ਤਲਵੰਡੀ ਸਾਬੋ ਤੋਂ ਗੁਰਜਾਨ ਸਿੰਘ ਨਥੇਹਾ ਦੀ ਰਿਪੋਰਟ।